ਤਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵੇਖੇ ਪਾਵਲਾ। ਸਾਰਿਆਂ ਨੂੰ ਪ੍ਰੇਮੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹਾਂ, ਲੱਖਾਂ ਲੱਖਾਂ ਵਾਰ ਵਧਾਈਆਂ ਹਾਂ। ਦਸ਼ਮੇਸ਼ ਪਿਤਾ ਜੀਆਂ ਦੇ ਅਵਤਾਰ ਦਿਹਾੜਿਆਂ ਦੀਆਂ ਕਰੋੜਾਂ ਕਰੋੜਾਂ ਵਾਰ ਵਧਾਈਆਂ ਹੋਣ, ਜਿਨ੍ਹਾਂ ਨੇ ਦੁਨੀਆਂ 'ਤੇ ਆ ਕੇ ਧਰਤੀ ਦੇ ਭਾਰ ਨੂੰ ਹਰਿਆ, ਧਰਮ ਦੀ ਸਥਾਪਨਾ ਕੀਤੀ, ਜ਼ੁਲਮ ਦਾ ਨਾਸ਼ ਕੀਤਾ, ਅਤੇ ਗਿੱਦੜਾਂ ਤੋਂ ਸ਼ੇਰ ਬਣਾਏ, ਚਿੜੀਆਂ ਤੋਂ ਬਾਜ ਤੜਾਏ। ਸੇ ਮਹਾਰਾਜ ਜੀਆਂ ਨੇ ਕਿਰਪਾ ਕੀਤੀ, ਗੁਰੂ ਨਾਨਕ ਪਾਤਸ਼ਾਹ ਤੋਂ ਇਹ ਜੋਤ ਜਿਹੜੀ ਹੈ ਪਰਮ ਜੋਤ ਕਾਰਜ ਕਰ ਰਹੀ ਸੀ। ਫਿਰ ਦਸਵੇਂ ਜਾਮੇ ਦੇ ਅੰਦਰ ਫਿਰ ਵੀਹ ਰੱਸੀ ਰੂਪ ਵੀ ਧਾਰਨ ਕੀਤਾ, ਇਸ ਕਰਕੇ ਭਾਈਆਂ ਦੇ ਨਾਮ ਦੇ ਨਾਲ ਸਿੰਘ ਲਾਇਆ, ਬੀਬੀਆਂ ਦੇ ਨਾਮ ਦੇ ਨਾਲ ਕੌਰ ਲਾਇਆ, ਹੋਰ ਕੋਈ ਨਹੀਂ ਲਾਇਆ, ਹੋਰ ਲਫਜ਼ ਨਹੀਂ ਲਾਇਆ, ਦਾਸ ਨਹੀਂ ਲਾਇਆ, ਹੋਰ ਕੋਈ ਗਰੀਬ ਨਹੀਂ ਲਾਇਆ, ਨਹੀਂ, ਕਿਉਂ ਸਿੰਘ ਲਾਇਆ ਵਾ, ਕਿਉਂ ਕੌਰ ਲਾਇਆ। ਭਾਵ ਗੁਰੂ ਮਹਾਰਾਜ ਜੀ ਚਾਹੁੰਦੇ ਨੇ ਜਿਹੜਾ ਮੇਰਾ ਸਿੱਖ ਹੈ ਉਹ ਸਿੰਘ ਸ਼ੇਰ ਵਾਂਗੂ ਵੀ ਵਿਚਰੇ, ਉਹ ਜਿਹੜਾ ਹੈ ਦੁਨੀਆਂ ਦੇ ਵਿੱਚ ਇੰਨਾ ਨਿਮਾਣਾ ਨਿਤਾਣਾ ਹੋ ਕੇ ਨਾ ਵਿਚਰੇ, ਵੀ ਸੰਸਾਰ ਹੈ ਦੁਨੀਆਂ ਵੀ ਬੜੀ ਜਿਹੜੀ ਹੈ ਭਾਈ ਹੋਰੇ ਤਰ੍ਹਾਂ ਦੀ ਹੈ, ਭਗਤਾਂ 'ਤੇ ਬੜੇ ਇਹਨਾਂ ਨੇ ਕਸ਼ਟ ਦਿੱਤੇ, ਦੁੱਖ ਤਕਲੀਫਾਂ ਦੁਨੀਆਂ ਜਿਹੜੀ ਹੈ ਦਿੰਦੀ ਹੈ, ਧਰਮ ਤੋੜਨ ਤੱਕ ਜਾਂਦੀ ਹੈ, ਗੁਰੂਆਂ ਨੂੰ ਵੀ ਹੱਤੀਆਂ ਤਵੀਆਂ 'ਤੇ ਬਿਠਾਇਆ ਅਤੇ ਗੁਰੂ ਜੀਆਂ ਨੂੰ ਪਿੰਜਰੇ ਦੇ ਵਿੱਚ ਪਾਇਆ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਛਕਾ ਕੇ ਸਿੰਘ ਨਾਮ ਲਾਇਆ ਵੀ ਤੁਸੀਂ ਸ਼ੇਰ ਵਾਂਗੂ ਨਿਡਰ ਬਣਨਾ ਹੈ, ਬਹਾਦਰ ਬਣਨਾ ਹੈ, ਸ਼ੇਰ ਬਣਨਾ ਹੈ, ਬਹਾਦਰ ਨਿਡਰ ਅਣਖ ਅਤੇ ਨਾਲ ਹੀ ਤਾਂ ਹੀ ਇਹ ਜਿਹੜਾ ਧਰਮ ਦੁਨੀਆਂ 'ਤੇ ਰਹਿ ਸਕਦਾ, ਤਾਂ ਹੀ ਦੁਨੀਆਂ ਦੇ ਉੱਤੇ ਜਿਹੜਾ ਹੈ ਤੁਸੀਂ ਸ਼ਾਂਤ ਰਸਤਾ ਰੱਖਣਾ ਹੀ ਰੱਖਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਭ ਸ਼ਾਂਤ ਧੀਰਜ ਸਹਿਨਸ਼ੀਲਤਾ ਨਿਮਰਤਾ ਗਰੀਬੀ ਇਹ ਦਰਸਾਉਂਦੀ ਹੈ ਭਾਈ। ਪਰੰਤੂ ਸਿੰਘ ਨਾਮ ਇਸ ਕਰਕੇ ਲਾਇਆ, ਬੀਬੀਆਂ ਦੇ ਨਾਮ ਦੇ ਨਾਲ ਕੌਰ ਇਸ ਕਰਕੇ ਲਾਇਆ ਵੀ ਤੁਸੀਂ ਨਿਮਾਣੀਆਂ ਨਹੀਂ ਹੋ, ਤੁਸੀਂ ਨਿਤਾਣੀਆਂ ਨਹੀਂ ਹੋ, ਤੁਸੀਂ ਪੈਰ ਦੀ ਜੁੱਤੀ ਨਹੀਂ ਹੋ, ਤੁਸੀਂ ਤਾਂ ਰਾਜਕੁਮਾਰੀਆਂ ਹੋ। ਰਾਜਕੁਮਾਰੀ ਕੌਰ ਦਾ ਮਤਲਬ ਹੈ। ਸੋ ਤੁਸੀਂ ਗੁਰਾਂ ਦੀਆਂ ਅਕਾਲ ਪੁਰਖ ਦੀਆਂ ਸਹਿਜਾਦੀਆਂ ਹੋ, ਤੁਸੀਂ ਇਸ ਤਰੀਕੇ ਦੇ ਨਾਲ ਵਿਚਰਨਾ ਹੈ ਸੰਸਾਰ ਦੇ ਵਿੱਚ, ਦੁਨੀਆਂ ਦੇ ਵਿੱਚ ਅਣਖ ਦੇ ਨਾਲ ਵੀ ਵਿਚਰਨਾ ਹੈ। ਤੁਸੀਂ ਨਿਮਰਤਾ ਮਿਠਾਸ ਧੀਰਜ ਸਹਿਣਸ਼ੀਲਤਾ ਤਾਂ ਰੱਖਣੀ ਰੱਖਣੀ ਹੈ, ਪਰੰਤੂ ਤੁਸੀਂ ਨਿਮਾਣੇ ਨਿਤਾਣੇ ਹੋ ਕੇ ਨਹੀਂ ਜਿਹੜਾ ਹੈ ਵਿਚਰਨਾ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਇਹ ਸਿੰਘ ਨਾਮ ਜਿਹੜਾ ਹੈ ਭਾਈਆਂ ਨੂੰ ਦਿੱਤਾ, ਕੌਰ ਨਾਮ ਬੀਬੀਆਂ ਨੂੰ ਦਿੱਤਾ। ਪਰੰਤੂ ਭਾਈ ਦੁਨੀਆਂ ਜਿਹੜੀ ਹੈ ਫਿਰ ਭੁੱਲੀ ਜਾਂਦੀ ਹੈ। ਗੁਰੂ ਮਹਾਰਾਜ ਨੇ ਫਿਰ ਹੁਕਮ ਵੀ ਕੀਤਾ ਵੀ ਸ਼ਸਤਰਧਾਰੀ ਹੋ ਕੇ ਵੀ ਰਹਿਣਾ ਹੈ। ਗੁਰੂ ਸਾਹਿਬ ਜੀ ਨੇ ਸ਼ਸਤਰਹੀਣ ਕਵੈ ਨਾ ਹੋਈ ਰਹਿਤਵਾਨ ਗੁਰ ਕਾ ਸਿੱਖ ਸੋਈ, ਸ਼ਸਤਰਧਾਰੀ ਹੋ ਕੇ ਵਿਚਰਨਾ ਹੈ, ਅਣਖ ਨਾਲ ਵਿਚਰਨਾ ਹੈ, ਤਾਂ ਹੀ ਤੁਸੀਂ ਦੁਨੀਆਂ ਵਿੱਚ ਸਹੀ ਢੰਗ ਤਰੀਕੇ ਦੇ ਨਾਲ ਵਿਚਰ ਸਕਦੇ ਹੋ।